ਹਾਂਜੀ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਤੇ ਹੋਪ ਤੁਸੀਂ ਸਾਰਿਆਂ ਨੇ ਘੈਂਟ ਹੋਊਂਗੇ। ਤੇ ਗਾਇਜ਼, ਆਪਾਂ ਚੱਲੇ ਹਾਂ ਕਬੱਡੀ 'ਤੇ, ਅਤੇ ਤੁਹਾਨੂੰ ਦਿਖਾਉਂਦੇ ਹਾਂ ਸਾਹਮਣੇ ਦੇਖਿਓ ਵਿਊ, ਅਤੇ ਤੁਹਾਨੂੰ ਗਰਾਊਂਡ 'ਚ ਲੈ ਕੇ ਚੱਲਦੇ ਹਾਂ ਹੁਣ। ਅਤੇ ਗਾਇਜ਼, ਗੱਡੀ ਜਿਹੜੀ ਆ ਗਰਾਊਂਡ 'ਚ ਬਾੜਤੀ ਆਪਾਂ, ਅਤੇ ਇੱਥੇ ਦੇਖ ਕੇ ਗੱਡੀ ਲਾ ਦਾਂਗੇ ਸਾਈਡ 'ਤੇ। ਅਤੇ ਇਧਰਲੇ ਪਾਸੇ ਸਟੇਜ ਆ, ਆਪਾਂ ਗੱਡੀ ਉਸ ਹਿਸਾਬ ਨਾਲ ਲਾਵਾਂਗੇ, ਬਾਅਦ 'ਚ ਗੱਡੀ ਨਿਕਲ ਵੀ ਆਵੇ ਆਪਣੀ। ਆ ਚਾਨੀ ਆਪਣਾ, ਹੈਨਾ, ਤੇ ਇੱਧਰ ਸਟੇਜ ਲੱਗੀ ਹੋਈ ਆ। ਤੇ ਆਪਾਂ ਸਟੇਜ ਦੇ ਕੋਲ ਆ ਗਏ ਸੀਗੇ, ਅਤੇ ਇੱਥੇ ਜਿੱਦਾਂ ਤੁਹਾਨੂੰ ਦੇਖ ਰਿਹਾ ਹੋਣਾ ਕਿ ਬੋਤਲਾਂ ਵਗੈਰਾ ਬਹੁਤ ਡਿੱਗੀਆਂ ਹੋਈਆਂ, ਕਿਉਂਕਿ ਪਹਿਲਾਂ ਸਿੰਗਰ ਲੱਗੇ ਹੋਏ ਸੀ, ਸਿੰਗਰ ਹੁਣ ਹੱਟ ਗਿਆ। ਖਿਡਾਰੀ ਗਰਾਊਂਡ ਦੇ ਵਿੱਚ ਆ ਚੁੱਕੇ ਨੇ, ਕਬੱਡੀ ਦੇ ਟੀਮਾਂ ਵੀ ਕੋਹਾਲੇ ਵਾਲਾ ਖੇਡ ਕਬੱਡੀ ਦੇ ਇਹ ਟੌਪ ਦੇ ਖਿਡਾਰੀ ਨੇ ਦੁਆਬੇ ਏਰੀਏ ਦੇ, ਔਰ ਬੇਅ ਪਲੈਂਟੀ ਨਿਊਜ਼ੀਲੈਂਡ ਦੀ ਜਿਹੜੀ ਟੀਮ ਗਰਾਊਂਡ ਦੇ ਵਿੱਚ ਆ ਚੁੱਕੀ ਆ। ਬਈ ਬੇਨਤੀ ਹੈ ਖੱਖਾ ਮਾਝੇ ਦੀ ਟੀਮ ਨੂੰ, ਇੱਕ ਮਿੰਟ ਦਾ ਸਮਾਂ, ਉਹ ਟੀਮ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆਵੇ। ਖੱਖਾ ਮਾਝੇ ਦੀ ਟੀਮ, ਪਲੀਜ਼ ਬੇਨਤੀ ਹੈ ਮੇਰੀ, ਖੱਖਾ ਮਾਝੇ ਦੇ ਕੋਚ ਸਮਾਨ ਨੂੰ ਟੀਮ ਜਲਦੀ ਦੇ ਨਾਲ ਲੈ। ਇੱਧਰ ਖੱਖਾ ਮਾਝੇ ਵਾਲੇ ਵੀਰ ਵੀ ਜਿਹੜੇ ਕਬੱਡੀ ਖਿਡਾਰੀ ਪੁੱਜ ਗਏ ਨੇ, ਇੱਧਰ ਅੰਮ੍ਰਿਤ ਵੀ ਆ ਗਿਆ, ਦੁੱਗਾ ਵਾਲਾ, ਮਾਲਾ ਵਾਲਾ, ਸੁੱਖਾ ਵੀ ਆ ਗਿਆ, ਟੌਪ ਦੇ ਜਿਹੜੇ ਖਿਡਾਰੀ ਆ ਗਏ ਨੇ। ਸਾਡੀ ਪ੍ਰਬੰਧਕ ਕਮੇਟੀ ਆ ਰਹੀ ਨੇ, ਸੋ ਮੈਂ ਬਹੁਤ ਵੱਡਾ ਸਤਿਕਾਰ ਕਰਦਾ ਸਾਡੀ ਪ੍ਰਬੰਧਕ ਕਮੇਟੀ ਦਾ। ਇੱਕ ਪਾਸੇ ਬੇਅ ਆਫ ਪਲੰਟੀ ਨਿਊਜ਼ੀਲੈਂਡ ਦੀ ਟੀਮ, ਤੇ ਦੂਜੇ ਪਾਸੇ ਖੱਖਾ ਮਾਝੇ ਦੀ ਟੀਮ, ਦੋ ਟੌਪ ਦੀਆਂ ਪੰਜਾਬ ਦੀਆਂ ਮੰਨੀਆਂ ਪਰਮੰਨੀਆਂ ਕਲੱਬਾਂ ਨੇ, ਤੇ ਪਹਿਲਾ ਜਿਹੜਾ ਮੈਚ ਐਨ ਟੌਪ ਖੇਡੇ ਆਵੇਗਾ। ਸੋ ਸਾਡੇ ਪ੍ਰਬੰਧਕ ਵੀਰ ਜਿਹੜੇ ਟੀਮਾਂ ਨੂੰ ਆਸ਼ੀਰਵਾਦ ਦੇ ਰਹੇ ਨੇ, ਮੈਂ ਬਹੁਤ ਵੱਡਾ ਸਤਿਕਾਰ ਕਰਦਾ ਸਾਡੇ ਅਫੀਸ਼ੀਅਲ ਔਰ ਵੱਡੀਆਂ ਜ਼ਿੰਮੇਵਾਰੀਆਂ ਨੇ ਇੰਦਰਜੀਤ ਤੁੰਨਾ ਚਮਿਆਰਾ ਜੀ, ਨਾਲ ਬਲਦੇਵ ਚਾਚਾ ਲੱਖਣ ਕੇ ਪੱਡੇ, ਫੌਜੀ ਭਲੱਥ ਜੀ, ਤੇ ਨਾਲ ਸਾਡੇ ਕਾਲਕੜ ਸਾਹਿਬ ਸੁੱਖੀ ਬਿਣਗ ਜੀ, ਬਹੁਤ ਬਹੁਤ ਮੈਂ ਧੰਨਵਾਦ ਕਰਦਾ। ਇਹ ਸਾਡੇ ਅਫੀਸ਼ੀਅਲ ਨੇ ਅੱਧੇ, ਸੋ ਮੈਂ ਸਾਡੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਤਿਕਾਰ ਕਰਦਾ। ਹੋ ਜੂ ਫਸਲ ਬਥੇਰੀ ਵੇ, ਸੂਟ ਸਮਾ ਦੇ ਮੈਨੂੰ ਨਹੀਂ ਤੇ ਮਰਜ਼ੀ ਤੇਰੀ ਵੇ, ਕਹਿੰਦੇ ਲੋਕ ਗੀਤਾਂ ਦੇ ਵਿੱਚ ਗੱਲਾਂ ਹੋਈਆਂ। ਨੰਬਰਦਾਰ ਸਾਹਿਬ ਅੱਜ ਕਹਿੰਦੇ ਕਬੱਡੀ ਦੀ ਗੱਲ ਹੈ, ਕੱਲ ਨੂੰ ਸਿੰਘ ਦੀ ਗੱਲ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਲੱਗਿਆ, ਇਹ ਵੀ ਇੰਦਰਜੀਤ ਹੈ, ਤੇ ਸਾਡੇ ਵਾਲੇ ਇੰਦਰਜੀਤ ਸਿੰਘ ਦੀ ਤੇ ਗੱਲ ਹੀ ਵੱਖਰੀ ਹੈ। ਲੋਕੀ ਕਹਿੰਦੇ ਚਮਿਆਰੇ ਵਾਲੇ ਨੇ ਉਹ ਦੁਨੀਆਂ ਦੇ ਦਿਲ ਚ ਨਚਾਈਆ, ਪਰ ਰੁੜਕੇ ਵਾਲਾ ਕਹਿੰਦਾ ਅੱਜ ਅਸੀਂ ਸੂਰਾਪੁਰ ਨਚਾਉਣ ਆਏ ਹਾਂ, ਅੱਜ ਅਸੀਂ ਸੂਰਾਪੁਰ ਨਚਾਉਣ ਆਏ ਹਾਂ। ਲੈਵੇਂ ਲੱਖੀ ਇੰਦਰਜੀਤ ਤੁਲਨਾ ਚਮਿਆਰ ਕਬੱਡੀ ਦੇ ਯਾਨੀ ਯੋਧਿਆਂ ਦੇ ਏਕਤਾ ਮੁੰਡੇ ਦੇ ਆਹ ਸਮੇਂ ਕਹਿੰਦੀ ਕਬੱਡੀ ਮੁਕਾਬਲਾ 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 ਆਹ ਮੁਕਾਬਲਾ 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 ਔਰ ਜੱਟ ਦਾ ਮੁਕਾਬਲਾ ਨੀ, ਔਰ ਸੱਸ ਮੈਨੂੰ ਕਿੱਥੇ ਆ ਯੋਧਾ ਸਿੰਘਵਾਲ ਵਾਲਾ ਲੈ ਵੀ ਯਸ ਕੈਨੇਡਾ ਵਾਲੇ ਨੇ ਦੋਸਤੋ ਔਰ
ਹੈ 500 ਰੁਪਇਆ ਸੁਨੀਲ ਦਸਾਂਝ ਦੀ ਰੇਟ ਤੇ। ਮੈਂ ਵੀ ਨੌਜਵਾਨ ਤੇਰੀ ਆ ਰੇਟ ਤੇ ਜਸ ਕਨੇਡਾ ਉਹਨਾਂ ਵੀਰਾਂ ਵਾਲੀ ਉਹ ਵੱਡੇ ਨਾਲ ਹੋਣੇ ਨੇ। ਲਓ ਸਾਹਮਣੇ ਸੁਨੀਲ ਸੁਨੀਲ ਉੱਤੇ ਸਟੇਜ ਤੇ ਜਿਹੜੀਆਂ ਟਾਈਆਂ ਪੈ ਰਹੀਆਂ ਨੇ ਜੇਤੂ ਰੱਖ ਕੇ ਜੇਤੂ ਟੀਮਾਂ ਨੇ ਜਿਹੜੇ ਕੋਚ ਸਵਾਰ ਉਹ ਸਾਹਮਣੇ ਆ ਜਾਣਗੇ। ਉਹ ਵੀ ਕਹਿੰਦੇ ਸ਼ਕਲਪੁਰੀ ਸ਼ਾਜੀ ਨੂੰ ਬੜਾ ਮਨਾ ਮੋਹੀ ਪਿਆਰ ਕਰਦੇ ਨੇ, ਬੜਾ ਮਨਾ ਮੋਹੀ ਪਿਆਰ ਕਰਦੇ ਨੇ। ਕਬੱਡੀ 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 ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਵਿੱਚ ਇਸ ਵੇਲੇ ਯੁਵਾ ਕੈਲੀਫੋਰਨੀਆ ਵਾਲਾ ਢਾਬੀ ਵਾਧਾ ਹੋਇਆ। ਚਾਰ ਖਿਡਾਰੀ ਨੇ ਮੱਖਣ ਨਾਲ ਪੀਤੀ ਹੈ ਕੜਿਆਲੇ ਵਾਲਾ ਨਾਲ ਸਦੀਕ ਗੁੱਜਰ ਚਾਰ ਮੰਨੇ ਪਰਮੰਦੇ ਜਾਫਰਾਂ ਵਿੱਚੋਂ ਮੱਖਣ ਵਾਲੀ ਇੱਪਣ ਵਾਲਾ ਮੱਖਣ ਵਾਲੀ ਇੱਪਣ ਵਾਲਾ ਇਸ ਵੇਲੇ ਲਾ ਤਕੜਾ ਜਾਂ ਸਤਿਕਾਰ ਕਰਦਾ ਜਸਪਾਲ ਸਿੰਘ ਜੀ ਸਾਨੂੰ ਮਦਨ ਸਿੰਘ ਜੀ ਦਾ ਦੋਨਾਂ ਟੀਮਾਂ ਵਾਸਤੇ 500 ਦੇ ਵੱਡੇ ਸਤਿਕਾਰ। ਲਓ ਇੱਕ ਪਾਸੇ ਵੇਖਦੇ ਕਿ ਨੌਜਵਾਨ ਗੱਭਰੂ ਕਮਾਲ ਦਾ ਜਿਹੜਾ ਪੁਆਇੰਟ ਇਸ ਵੇਲੇ ਲਸਾੜੇ ਵਾਲਾ ਆਸ਼ੂ ਆਪਣੀ ਟੀਮ ਦੇ ਸਹਿਯੋਗ ਦਾ ਹੋਇਆ। ਹਾਂਜੀ ਤੇ ਸਾਰੇ ਜਾਣੇ ਦੱਸਿਓ ਤੇ ਕਬੱਡੀ ਦਾ ਮੈਚ ਤੁਹਾਨੂੰ ਕਿੱਦਾਂ ਲੱਗਾ? ਮੈਂ ਨਾ ਮਤਲਬ ਮੱਥਾ ਟੇਕਣਾ ਸੀ, ਛੋਟਾ ਜਿਹਾ ਜਨਮ ਦਿਨ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਉਹਦੇ ਕਰਕੇ ਮੈਂ ਆਪਣੇ ਤੇ ਉੱਪਰ ਮੱਥਾ ਟੇਕਣਾ ਸੀ, ਚੋਲ ਚੜਾਉਣੇ ਸੀ ਮਿੱਠੇ ਤੇ ਨਾਲ ਦੀਵਾ ਲਾਉਣਾ ਸੀਗਾ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਗਰਾਊਂਡ ਦੇ ਵਿੱਚ, ਉੱਥੇ ਜਿਹੜਾ ਜਿੱਤ ਹਾਰ ਦਾ ਮੈਚ ਹਜੇ ਹੋਣਾ ਵਾ, ਮਤਲਬ ਮੈਚ ਤਾਂ ਚਲੋ ਚੱਲਦਾ ਪਿਆ ਵਾ ਤੇ ਜਿੱਤ ਹਾਰ ਜਿਹੜੀ ਟੀਮ ਦੀ ਹੋਊਗੀ ਤੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਬਲੌਗ ਦਾ ਐਂਡ ਵੀ ਆਪਾਂ ਛੇਤੀ ਕਰ ਦਈਏ ਕਿਉਂਕਿ ਬਲੌਗ ਜਿਹੜਾ ਬਹੁਤ ਜ਼ਿਆਦਾ ਲੰਬਾ ਹੋ ਗਿਆ ਹੋਇਆ ਵਾ। ਚਲੋ ਤੁਹਾਨੂੰ ਥੋੜ੍ਹਾ ਜਿਹਾ ਹੁਣ ਮਤਲਬ ਮੱਥਾ ਟੇਕਣ ਤੋਂ ਬਾਅਦ ਮਿਲਦੇ ਹਾਂ ਤੇ ਕਰਦੇ ਤੁਹਾਡੇ ਨਾਲ ਗੱਲਬਾਤ। ਤਾਂ ਵਿਊ ਚੈੱਕ ਕਰੋ ਤੁਸੀਂ, ਮਤਲਬ ਕਿ ਜਿਹੜਾ ਸੂਰਜ ਆ ਢਲਦਾ ਪਿਆ ਵਾ। ਹਾਂਜੀ ਤੇ ਆਪਾਂ ਆ ਗਏ ਹਾਂ ਜਗ੍ਹਾ ਤੇ, ਆਪਾਂ ਇੱਥੇ ਜਿਹੜਾ ਅੰਦਰ ਦੀਵਾ ਲਾਉਣਾ ਵਾ। ਤੇਲ ਤਾਂ ਪਿਆ ਪਰ ਆਪਾਂ ਲੁਧਿਆਣੇ ਤੋਂ ਲਿਆਂਦਾ ਵਾ ਤੇਲ ਵੀ। ਮੋਬਾਈਲ ਮੇਰਾ ਡੈਡ ਹੋ ਗਿਆ ਸੀ, ਮੈਂ ਪਾਵਰ ਬੈਂਕ ਲਾਇਆ ਹੋਇਆ ਨਾਲ। ਅਤੇ ਇੱਧਰ ਮੰਮੀ ਨੇ ਚੋਲ ਬਣਾਏ ਸੀ, ਮਤਲਬ ਕਿ ਕਿਹਾ ਮੈਂ ਕਿਹਾ ਚਲ ਛੋਟੇ ਦਾ ਜਨਮ ਦਿਨ ਆ ਇੱਥੇ, ਕਿਉਂਕਿ ਚੋਲ ਚੜ੍ਹਦੇ ਜ਼ਿਆਦਾਤਰ ਮਿੱਠੇ ਚੋਲ ਬਣਾਏ ਹੋਏ ਆ। ਅਤੇ ਇੱਧਰ ਆਪਣਾ ਤੇਲ ਪਿਆ, ਤੇਲ ਪਾ ਕੇ ਆਪਾਂ ਦੀਵਾ ਲਾਈਏ ਪਹਿਲਾਂ। ਹਾਂਜੀ ਅਤੇ ਜਿੱਦਾਂ ਆਪਾਂ ਮੱਥਾ ਟੇਕ ਲਿਆ ਹੁਣ ਅਤੇ ਮੈਂ ਮਤਲਬ ਸਾਰਿਆਂ ਵੱਲੋਂ ਲਾ ਤੇ 5 ਦੀਵੇ, ਜਿੰਨਾ ਤੇਲ ਪਿਆ ਸੀ ਆਪਾਂ ਸਾਰੇ ਦੀਵੇ ਲਾ ਤੇ। ਇੱਧਰਲੇ ਪਾਸੇ ਸਰੋਵਰ ਅਤੇ ਇੱਧਰ ਮੱਛੀਆਂ ਨੂੰ ਆਪਾਂ ਚੋਲ ਪਾ ਤੇ ਆ, ਅਤੇ ਤੁਹਾਨੂੰ ਜਿੱਦਾਂ ਦਿਖ ਰਹੇ ਹੋਣੇ ਮਾੜੇ ਮਾੜੇ ਵਿੱਚ ਮੱਛੀਆਂ ਚੋਲ ਖਾ ਰਹੀਆਂ। ਇੱਧਰ ਮੱਛੀਆਂ ਜ਼ਿਆਦਾ ਆ, ਇੱਧਰ ਵੀ ਪਾਵਾਂਗੇ, ਇਹ ਵੀ ਆਪਾਂ ਮਤਲਬ ਛੇਤੀ ਛੇਤੀ ਜਿੰਨੇ ਇਹਦੀ ਵੀ ਹੋ ਸਕੀ ਸੇਵਾ ਆਪਾਂ ਇਹ ਵੀ ਕਰਾਂਗੇ ਕੰਪਲੀਟ। ਅਤੇ ਕੱਲ੍ਹ ਨੂੰ ਆਪਾਂ ਫੋਟੋ ਵਗੈਰਾ ਲਾਵਾਂਗੇ, ਕੱਲ੍ਹ ਦਾ ਬਲੌਗ ਪਾਵਾਂਗੇ। ਇੱਥੇ ਕਬੱਡੀ ਕੱਪ ਹੋ ਰਿਹਾ ਵਾ ਅਤੇ ਉੱਥੇ ਉਹ ਗਰਾਊਂਡ 'ਚ ਚੱਲਦੇ ਹਾਂ ਅਤੇ ਦੇਖਦੇ ਹਾਂ ਹਾਰ ਜਿੱਤ ਦਾ, ਅਤੇ ਉਹ ਵੀ ਤੁਹਾਨੂੰ ਪਾ ਕੇ ਫਿਰ ਆਪਾਂ ਬਲੌਗ ਦਾ ਛੇਤੀ ਐਂਡ ਕਰੀਏ। ਗੋਲ ਗੋਲ ਪੈਰਾਂ ਵਿੱਚੋਂ ਹੰਡੇ ਦੇਸਦੇ ਚੜ ਜਾਂਦਾ ਚਾਹ, ਜਦੋਂ ਖਿਡਾਰੀ ਮੈਦਾਨ ਵਿੱਚ ਦੇਸਦੇ ਸਦਕੇ ਜਾਣਾ ਬਲਹਾਰੇ ਜਾਣਾ ਜਿਹਨੇ ਕਾਹੜੇ ਦੀ ਕੱਢੀ ਬਹਿ ਚੁੱਕੇ। ਮੇਰੀ ਬੇਨਤੀ ਹੈ ਸਾਊਂਡ ਵਾਲੇ ਵੀਰ ਨੂੰ ਥੋੜੀ ਜਿਹੀ ਆਵਾਜ਼ ਖੋਲ ਦਿਓ ਜੀ, ਬੜੀ ਮਿਹਰਬਾਨੀ ਹੋਣੀ ਆ ਮਾਈਕ ਦੀ, ਥੋੜੀ ਆਵਾਜ਼ ਖੋਲ ਦਈਏ। ਚੈਂਗਲੀ ਸ਼ਰਮਾ ਬਾਵੇ ਗੱਭਰੂ ਹੈ, ਬਾਵੇ ਗੱਭਰੂ ਹੈ, ਕਬੱਡੀ 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 ਨੰਬਰ ਰੇਟਰ ਵਾ ਜਿਹਨੂੰ ਜਿਹਨੂੰ ਮੈਚ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਮਾਰ ਲਓ ਮੇਰੇ ਵੀਰ। ਫਸਿਆ ਪਿਆ ਮੈਚ, ਸਾਰੇ ਕਹਿੰਦੇ ਆ ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿੱਤਰੂ ਬੜੇ ਨੇ ਖਾਣੀ, ਉਹ ਕੁੰਡੀਆਂ ਦੇ ਸਿੰਘ
ਸਿੰਘ ਫਸ ਗਏ ਕੋਈ ਮਿੱਤਰ ਉਪਰੇ ਮੇ ਖਾਰੀ ਡਾਂਗ ਉੱਤੇ ਤੇਰਾ ਜੱਟ ਦਾ ਇਸ ਜੰਗ ਦਾ ਝੂਠ ਲੱਗਾ। ਬਹੁਤ ਵਧੀਆ ਜਿਹੜੀ ਕੁਸ਼ਤੀ ਹੈ ਆਪ ਸਭ ਨੂੰ ਪਿਆਰ ਭਰੇ ਸੱਦੇ ਹੈ। ਲਓ ਵੇਖੋ ਸਾਹਮਣੇ ਮੇਰੇ ਪੰਜਾਬੀ ਵੀਰੋ ਬਹੁਤ ਹੀ ਵਧੀਆ ਹੈ ਕਬੱਡੀ ਪਾਉਣ ਦੇ ਲਈ ਇੰਨਾ ਚਾਰਾਂ ਦੇ ਉੱਪਰ ਰੇਡ ਪਾ ਦਿੱਤੀ ਹੈ ਇੱਕ ਮੈਂ ਇੱਕ ਪਾਸੇ ਹੈ ਆਹ ਮੈਂ ਨਵਾਂ ਕੋਲ ਹੈ ਗਿੱਟਾ ਚੁੱਕਣਾ ਚਾਹੁੰਦਾ ਪਰ ਨੰਬਰ ਰੇਡੂ ਦੇ ਗੱਲਾਂ ਤੇ ਬਲੀਆਂ ਪਈਆਂ ਉਹ ਬਜ਼ੁਰਗ ਵੀ ਖੁਸ਼ ਹੈ ਹਮ ਉਮਰ ਵੀ ਖੁਸ਼ ਹੈ ਤੇ ਬੱਚੇ ਵੀ ਖੁਸ਼ ਹੈ ਸਾਉਣ ਵਾਲੇ ਬਾਈ ਆ ਜੁੰਟਾਂ ਮੇਲੇ ਦਾ ਥੋੜੀਆਂ ਬੰਦ ਹੋਈਆਂ ਧਿਆਨ ਦਿਓ ਜੀ ਕਰਾ ਆ ਨੰਬਰ ਘੋੜਾ ਬਲਜਿੰਦਰ ਹੈ ਆ ਬਲਜਿੰਦਰ ਹੈ ਇਹ ਡੇਰਾ ਸਰਦਾਰੀਆ ਹੈ ਨੌਜਵਾਨ ਕਹਿੰਦੇ ਕਿ ਉੜਦਾ ਪੰਛੀ ਕੈਚ ਨਹੀਂ ਕਰ ਸਕਿਆ ਭੱਜ ਲੈ ਮੋਰਨੀਏ ਤੇਰੇ ਮਗਰ ਬੰਦੂਕਾਂ ਫੜ ਕਬੂ 23 ਅਕਤੂਬਰ ਦਾ ਦਿਨ ਹੋਵੇਗਾ ਔਰ ਸੋਜੋ ਦੀ ਧਰਤੀ ਤੇ ਹਰ ਸਾਲ ਬਹੁਤ ਵੱਡਾ ਕਬੱਡੀ ਕੱਪ ਔਰ 26 ਨੂੰ ਛਿੰਝ ਮਿਲਿਆ ਇੱਕ ਮੇਰੇ ਵੀ ਰੇਟਮ ਕੋਸ਼ਿਸ਼ ਕਰ ਜਾਂ ਇਹਨੂੰ ਜੱਫਾ ਲੱਗਦਾ ਹੁਣ ਲੱਗਦਾ ਕਿ ਜਾਨ ਸ਼ਿਕੰਜੇ ਦੇ ਵਿੱਚ ਆਈ ਹੈ ਜਾਂ ਨਹੀਂਗਾ ਵਕਤ ਦੱਸੇਗਾ ਟਾਈਮ ਦੱਸੇਗਾ ਟਾਈਮ ਸਿਰਾ ਮੈਨੂੰ ਐ ਲੱਗਦਾ ਵੀ ਇੱਕ ਅੱਧੇ ਜੱਫੇ ਦੀ ਫਰਕ ਹੈ ਮੇਰੇ ਵੀ ਨੂੰ 500 ਦੇ ਦੇਣਗੇ ਇਹ ਜੱਫੀ ਲਈ ਬੰਗਰ ਭਾਂਦੀ ਬਣੀ 500 ਜੱਫਾ ਜਿਹੜਾ ਲੱਗਾ ਹੈ ਗੁਰਜੰਟ ਹੈ ਖੰਡੂਰ ਸਾਹਿਬ ਵਾਲੇ ਭਾਗੇ ਦਾ ਪੁੱਤ ਹੈ ਬਾਪ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਪਰ ਆਹ ਕੁਹਾਰੇ ਵੱਲ ਕੋਸ਼ਿਸ਼ ਕਰਦਾ ਸੀਗਾ ਨੰਬਰ ਬੇ ਪਲਾਂਟੀ ਨਿਊਜ਼ੀਲੈਂਡ 27 23 ਸਾਢੇ 23 ਤੇ 27 ਜੇ ਮੈਚ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦਾ ਮੇਰੇ ਵੀਰੋ ਜੇ ਮੈਚ ਵਧੀਆ ਲੱਗਾ 16 ਤਰੀਕ ਹੈ ਪੱਲੀਆਂ ਦਾ ਛਿੰਝ ਮਿਲ ਹੈ ਵੱਡਾ ਮੱਲ ਆ ਰਿਹਾ ਧਰਮਿੰਦਰ ਕੁਹਾਰੀ ਤੇ ਨਾਲ ਜੱਸਾ ਪੱਟੀ 15 ਤਰੀਕ ਨੂੰ ਖਾਨਪੁਰ ਦਾ ਛਿੰਝ ਮਿਲ ਹੈ ਪਰ ਮਾਈਕ ਜਿਹੜਾ ਸਟੇਜ ਦੇ ਹਵਾਲੇ ਮੈਂ ਬੇਨਤੀ ਕਰਾਂਗਾ ਸਰਦਾਰ ਬਹਾਦਰ ਜੀਆਂ ਨੂੰ ਇੱਕ ਜਿਹੜਾ ਮਾਈਕ ਆ ਪਲੀਜ਼ ਦੇ ਦਿੱਤਾ ਜਾਵੇ ਜਿਹੜੀ ਅਮਾਊਂਟ ਹੈ ਉਹ ਵੀ ਪਲੀਜ਼ ਅੱਜ ਵੀ ਅਨਾਊਂਸ ਕੀਤੀ ਜਾਊਗੀ ਕੱਲ ਵੀ ਅਨਾਊਂਸ ਕੀਤੀ ਜਾਊਗੀ ਇੱਕ ਬੇਨਤੀ ਹੈ ਕਿ ਜਿਹੜਾ ਮਾਈਕ ਹੈ ਜੋ ਤੱਕ ਟੀਮਾਂ ਨਹੀਂ ਆਉਂਦੀਆਂ ਹੈ ਉਹ ਸਰਦਾਰ ਬਹਾਦਰ ਸਿੰਘ ਜੀਆਂ ਦੇ ਹਵਾਲੇ ਜਿਹੜਾ ਕੀਤਾ ਜਾਵੇ ਸਕੱਤਰ ਜੀ ਦੇ ਹਵਾਲੇ ਦਿਲ ਤੋਂ ਪਿਆਰ ਕਰੀਏ ਉਧਰ ਜੇ ਜੋਧਾ ਜੱਫਾ ਲਾਉਂਦਾ ਹੈ ਤੇ 1000 ਰੁਪਈਆ ਹੈਪੀ ਵਰਕਾ ਰਣਜੀਤ ਸਪੇਜ ਦੀ ਇਹਨਾਂ ਬੜੀਆਂ ਮਾਣ ਜਿਹੜੇ ਪੁੱਜਦੇ ਕੀਤੇ ਆ ਮੇਰੇ ਵੀਰੋ ਖੇਮਾ ਰਾਮ ਦੇ ਪੁੱਤ ਦੀ ਗੱਲ ਹੁੰਦੀ ਹੈ ਪਰ ਨੌਜਵਾਨ ਭਿੰਦਾ ਇਹ ਮਾਝੇ ਦਾ ਮਈਆ ਹੈ ਗੱਭਰੂ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਦੇ ਮਨਮੋਹਣੇ ਅੱਗੇ ਸੰਭਾਲ ਵਾਲਾ ਕੋਸ਼ਿਸ਼ ਕਰਦਾ ਹੋਇਆ ਪਾਉਣ ਦੇ ਵਾਸਤੇ ਕਿ ਵਿੱਚ ਬੁਢਾਪੇ ਲੋੜ ਪੈਂਦੀ ਹੈ ਪੁੱਤ ਦੇ ਕੰਨੇ ਦੀ ਸਮਾਂ ਐਸੀ ਚੀਜ਼ ਜੋ ਉਹ ਪਰਖ ਕਰਾ ਜਾ ਬੰਦੇ ਦੀ ਜਦੋਂ ਮਾਂ ਪਿਓ ਕੱਢ ਘਰ ਚੋਂ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਹੈ ਜਦੋਂ ਵਿਆਹਿਆ ਜਾਂਦਾ ਏ ਇਹ ਲੋਕ ਤੱਥ ਨੇ ਚਾਰ ਹੈ ਬਲੀ ਪੁੱਤ ਮਾਮਾ ਦੇ ਤਿਆਰ ਹੈ ਆਹ ਜਤਿੰਦਰ ਸਿੰਘ ਹੈ ਇਹਨੂੰ ਉਸਤਾਦ ਜੀ ਕਹਿੰਦੇ ਹੈ ਚੱਕ ਦੇ ਸਰਾਜ ਪਿੰਡ ਹੈ ਬੜਾ ਪਿਆਰਾ ਖਿਡਾਰੀ ਹੈ ਪਰ ਨੰਬਰ 22 ਦਾ
ਚਾਚਾ ਲੱਖਣ ਕੇ ਪੰਡੇ ਨਾਲ ਸਵੰਤ ਸਿੰਘ ਦੀ ਫੌਜ ਦੀ ਭਲੱਥਾ ਵਾਲੇ ਫੈਸਲਾ ਕਰਦੇ ਹੋਏ ਕਿ ਨੰਬਰ ਰੇਟਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਹਿਣ ਪਾਰਸਾ ਸਾਨੂੰ ਰੋਲਦੀਆਂ ਤੇਰੇ ਉੱਤੇ ਸ਼ਿਕਵਾ ਰਹੂ ਰੱਬਾ ਆ ਤਸਵੀਰਾਂ ਕਿਉਂ ਨੀ ਬੋਲਦੀਆਂ ਤੇਰੇ ਉੱਤੇ ਸ਼ਿਕਵਾ ਰਹੂ ਰੱਬਾ ਆ ਤਸਵੀਰਾਂ ਕਿਉਂ ਨੀ ਬੋਲਦੀਆਂ ਸੰਦੀਪ ਨੰਗਲੰਬੀਆਂ ਮੈਂ ਪਿਛਲੇ ਦਿਨੀ ਬਰਥਡੇ ਲੰਘ ਕੇ ਗਿਆ ਪਰ ਪਰਿਵਾਰ ਦਾ ਪਿੱਛੇ ਬਹੁਤ ਔਖਾ ਤੇ ਦੋਨੇ ਪੁੱਤਰਾਂ ਦਾ ਔਖਾ ਇੱਕ ਬਿਨਾਂ ਬਾਪ ਤੋਂ ਕੀ ਦੁਨੀਆਂ ਜਦੋਂ ਥੋੜੇ ਵੱਡੇ ਹੋਏ ਉਹਨਾਂ ਨੂੰ ਪਤਾ ਲੱਗਣਾ ਨੀ ਸਾਡੇ ਬਾਪ ਨੇ ਕਬੱਡੀ ਲਈ ਆਹ ਕੀਤਾ ਤੇ ਕਬੱਡੀ ਜੀ ਨੂੰ ਆਹ ਮਿਲ ਗਏ ਬਹੁਤ ਔਖਾ ਮੇਰੇ ਵੀਰ ਪਰਿਵਾਰਾਂ ਦਾ ਔਖਾ ਹੋ ਜਾਂਦਾ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਫਿਰ ਕਰਮਾਂ ਵਾਲਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਫਿਰ ਕਰਮਾਂ ਵਾਲਾ ਹੈ ਫਾਈਨਲ ਦੀਆਂ ਦੋਨੋਂ ਸਨੀ ਊਰਜਾ ਦੇ ਭੀਮਾ ਊਰਜਾ ਜਿਹੜੇ ਵੀ ਸ਼ੇਰ ਦਲ ਦੇ ਪੁੱਜੇ ਹੋਏ ਆ ਪੀਤਾ ਜੜਿਆਲਾ ਵੀ ਆਇਆ ਹੋਇਆ ਸਾਡਾ ਕਹਿੰਦੇ ਜੱਫਾ ਲੱਗ ਜਾਵੇ ਮਨਜੋਤ ਸਿੰਘ ਜੀ ਅਮਰੀਕਾ ਹਰਸ਼ ਅਮਰੀਕਾ ਹੈ ਸਰਦਾਰ ਕੁਲਵਿੰਦਰ ਸਿੰਘ ਜੀ ਉਹ ਗੋਰੇ ਦੇ ਪੁੱਤ ਹੈ 500 ਰੁਪਈਆ ਨਗਦੋ ਨਗਦ ਲੈ ਸਾਹਿਬ ਹੱਥ ਬੜੇ ਆਈਆਂ ਜਿਸ ਭਾਵੇ ਤੇ ਸਦੇ ਸਹਿਬ ਹੱਥ ਬੜੇ ਆਈਆਂ ਜਿਸ ਭਾਵੇ ਤੇ ਸਦੇ ਇੰਦੂ ਰੁੜਕੇ ਵਾਲ ਨਵੀਆਂ ਗੱਲੋਂ ਕਬੱਡੀ ਕਰ ਰਿਹਾ ਫਾਈਨਲ ਮੈਚ ਸਾਡੇ ਕੁਲਵੀਰ ਹੋਣਾ ਦੇ ਮੇਲੇ ਦਾ ਹੈਪੀ ਹੋਣਾ ਦੇ ਮੇਲੇ ਦਾ ਇੱਕ ਪਾਸੇ ਨਮੂ ਵਾਜਲਾ ਹੈ ਨਾਲ ਜਤਿੰਦਰ ਸਿੰਘ ਮਿੱਠੂ ਉਸਤਾਦ ਹੈ ਨਾਲ ਦੀਪਾ ਹੈ ਨਾਲ ਗੱਗੀ ਚੱਕ ਦੇ ਸਰਾਜ ਦੀ ਧਰਤੀ ਦਾ ਹੈ ਕਹਿੰਦੇ ਕਿ ਨਾਊਥ ਇੰਡੀਆ ਫੈਡਰੇਸ਼ਨ ਦੇ ਵਿੱਚ ਡੀਏਵੀ ਕਾਲਜ ਜਲੰਧਰ ਉਹਦੇ ਲਈ ਖੇਡਦਾ ਹੈ ਆਪ ਨੌਜਵਾਨ ਨੇ 11 ਟੱਚ ਤੇ 11 ਜਪ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਆ ਕਹਿੰਦੇ ਲਗਾ ਦੀ ਪੈਣੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਉਧਰ ਪਰਮਜੀਤ ਪਠਾਨ ਕੈਨੇਡਾ ਖੀਮਾ ਰਾਮ ਦਾ ਪੁੱਤਰ 500 ਜਾਫੀ ਦੇ ਲਈ ਹੈ ਤੇ 500 ਰੈਟਰ ਦੇ ਲਈ ਵੀ 500 ਰੁਪਈਆ ਮਨਜੋਤ ਸਿੰਘ ਜੀ ਅਮਰੀਕਾ ਹਰਸ਼ ਸਾਡਾ ਵੀਰ ਅਮਰੀਕਾ ਹੈ ਔਰ ਸਪੁੱਤਰ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਗੋਰੇ 500 ਰੁਪਈਆ ਵੀ ਲੈ ਇੱਥੇ ਖੜ੍ਹ ਤੋਂ ਜਾ ਰਹੇ ਦੋਨੇ ਪਾਸੇ ਦੇ ਪਲੇਅਰ ਇੱਥੇ ਆ ਜਾਓ ਆ ਫੜੇ ਜੀ ਕਾਫੀ ਨਾਲ ਲੈ ਲੈ ਸਲਮਾਨ ਤੇ ਠੇਕੇਦਾਰ ਬੰਦੀ ਨੂੰ ਕਹਿੰਦੇ ਕਰਿਓ ਜੀ ਭਲੀ ਰਾਜਾ ਬੜੀ ਪਲੇਅਰਾਂ ਦੇ ਹੱਥ ਰੱਖਿਓ ਆਉਂਦਾ ਹੈ ਉਧਰ ਪਵਨ ਹਾਤਪੁਰ ਪੁਰਤਗਾਲ ਵੀਰ ਹੈ ਸਾਡਾ ਜੁੜਿਆ ਬੈਠਾ ਗੱਗੀ ਦੇ ਨਾਲ ਪਿਆਰ ਹੈ ਕਹਿੰਦਾ ਗੱਗੀ ਦੇ 3 ਜਫਿਆਂ ਦੇ 1100 ਲਾ ਦੇਣਾ ਹੈ ਗੱਗੀ ਚੱਕ ਦੇ ਸਰਾਜ ਵਾਲੇ ਦਾ ਯਾਰ ਹਾਤਪੁਰੀਆ ਕੋਈ ਪ੍ਰੀਤ ਕਹਿੰਦਾ ਕੋਈ ਪਵਨ ਕਹਿੰਦਾ 1000 ਰੁਪਏ ਦਾ ਗਾਇਜ਼ ਆਪਾਂ ਬਲੌਗ ਦਾ ਐਂਡ ਜਿਹੜਾ ਵਾ ਇੱਥੇ ਹੀ ਕਰ ਦੇਣਾ ਕਿਉਂਕਿ ਇਹ ਬਹੁਤ ਜ਼ਿਆਦਾ ਲੰਬਾ ਹੋ ਗਿਆ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਅਤੇ ਕਮੈਂਟ ਜ਼ਰੂਰ ਦੱਸਿਓ ਕਿ ਤੁਹਾਨੂੰ ਕਬੱਡੀ ਕਿੱਦਾਂ ਦੀ ਲੱਗੀ ਅਤੇ ਬਲੌਗ ਕਿੱਦਾਂ ਦਾ ਲੱਗਾ ਮਿਲਿਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਨਵੇਂ ਬੰਦੇ ਸਬਸਕ੍ਰਾਈਬ ਵੀ ਕਰਿਓ ਬਾਏ ਬਾਰਾਂ ਕਬੱਡੀਆਂ